ਹਾਲੇ ਲੋਈਆ ਮੈਂ ਸੋਹਰੇ ਗਿਆ ਸੀ ਜੀ, ਮੇਰੇ ਸਾਲੇ ਦੇ ਪੰਜ ਲੜਕੀਆਂ ਸੀ ਜੀ ਬੇਟੀਆਂ, ਅਤੇ ਮੈਂ ਉੱਥੇ ਵਿਸ਼ਵਾਸ ਕੀਤਾ ਜੀ ਵੀ ਬੇਟਾ ਹੋਣਾ ਚਾਹੀਦਾ ਜ਼ਰੂਰ ਇਸ ਘਰ 'ਚ, ਅਤੇ ਇੱਥੇ ਬੰਦਗੀ 'ਤੇ ਆਇਆ ਜੀ ਅਤੇ ਪਾਸਟਰ ਦਾ ਪ੍ਰੋਗਰਾਮ ਚੱਲਦਾ ਸਤਸੰਗ, ਪਾਸਟਰ ਨੇ ਕਿਹਾ ਜੀ ਵਿਸ਼ਵਾਸ ਨਾ ਮੰਗੋ, ਜੋ ਕੁਛ ਮੰਗੋ ਪਰਮੇਸ਼ੁਰ ਦੇਗਾ, ਬੇਟੇ ਦੇ ਸਦਾਨੇ ਕਿਸੇ ਦੀ ਕੋਈ ਜ਼ਰੂਰਤ ਆ। ਮੈਂ ਇੱਥੇ ਮਨ ਤੋਂ ਮੰਨ ਵੀ ਪ੍ਰਭੂ ਜੀ ਬੇਟੇ ਦੀ ਜ਼ਰੂਰਤ ਆ, ਬੇਟਾ ਹੋਵੇ। ਪ੍ਰਭੂ ਨੇ ਖੁਆਇਸ਼ ਨੂੰ ਪੂਰਾ ਕੀਤਾ। ਫਿਰ ਮੈਂ ਪ੍ਰਾਰਥਨਾ ਕਰਦਾ ਰਿਹਾ, ਪ੍ਰਭੂ ਨੇ ਮੈਨੂੰ ਪਾਸਟਰ ਅਤੇ ਪ੍ਰਭੂ ਜਾਣੀ ਖੜੇ ਪਾਸਟਰ ਪ੍ਰਭੂ ਜੀ ਨਾਲ ਪਰਮੇਸ਼ੁਰ, ਉਹਨਾਂ ਨੇ ਮੈਨੂੰ ਬੇਟਾ ਦਿਖਾਇਆ, ਬੇਟਾ ਬੱਚਾ 'ਚ ਵਿਸ਼ਵਾਸ ਰੱਖ, ਬੇਟਾ ਹੋਊਗਾ। ਫਿਰ ਅਸੀਂ ਮੈਂ ਅਤੇ ਮੇਰੀ ਪਤਨੀ ਅਸੀਂ ਘਰ ਸਾਰੇ ਪ੍ਰਾਰਥਨਾ ਕਰ ਰਹੇ ਸੀ ਜੀ, ਵਿਸ਼ਵਾਸ ਨਾਲ ਪ੍ਰਾਰਥਨਾ ਕਰ ਰਹੇ। ਸਾਡੇ ਕੋਲ ਫੋਨ ਪਾਉਣ ਆਈ ਗਏ ਸੀ, ਫੋਨ ਨਹੀਂ ਚੱਕੇ ਜੀ, ਐਤਵਾਰ ਦਾ ਦਿਨ ਸੀ, ਅਤੇ ਪ੍ਰਾਰਥਨਾ ਕਰਕੇ ਅਸੀਂ ਬਾਅਦ 'ਚ ਮੇਰੇ ਸਹੁਰੇ ਅਸੀਂ ਫੋਨ ਕੀਤਾ ਮੇਰੇ ਘਰ ਵਾਲੀ ਨੇ ਮੇਰੇ ਸਾਲੇ ਨੂੰ, ਅਤੇ ਅੱਗੋਂ ਉਹਨੇ ਵਧਾਈ ਦਿੱਤੀ, ਭੈਣ ਜੀ ਵਧਾਈ, ਤੁਹਾਨੂੰ ਵਧਾਈਆਂ ਹੋਣ ਜੀ ਬੇਟਾ। ਮੈਂ ਇਸ ਲਈ ਪਰਮੇਸ਼ੁਰ ਦਾ ਬਹੁਤ ਬਹੁਤ ਧੰਨਵਾਦ ਕਰਦਾ, ਵਧਾਈ ਕਰਦਾ, ਸਭ ਦੀ ਖੁਆਇਸ਼ ਪੂਰੀ ਕਰੇ। ਹਾਲੇਲੂਯਾ। ਇਨਕੇ ਸਾਲੇ ਕੇ ਪਾਂਚ ਬੇਟੀਆਂ ਥੀ ਔਰ ਪਾਂਚ ਬੇਟੀ ਬੇਟੀਆਂ ਥੀ, ਬੇਟੀਆਂ ਹੀ ਥੀ, ਬੇਟਾ ਨਹੀਂ ਥੀ। ਬੇਟਾ ਨਹੀਂ ਸੀ। ਤੋ ਯੇ ਚਰਚ ਮੇ ਆਏ ਜਾਂ ਚਰਚ ਮੇ ਪ੍ਰਾਰਥਨਾ ਮੇ ਥੇ ਔਰ ਮੈਂ ਪ੍ਰਾਰਥਨਾ ਕਰ ਰਿਹਾ ਥਾ ਕਿ ਜੋ ਕੁਛ ਵੀ ਆਪਕੋ ਚਾਹੀਏ ਆਪ ਮਾਂਗੇ, ਪਰਮੇਸ਼ੁਰ ਸੇ ਪੂਰਾ ਕਰੇਂਗੇ। ਤੋ ਇਸਨੇ ਆਪਣੇ ਸਾਲੇ ਕੇ ਲੀਏ ਮਾਂਗਾ ਕਿ ਪਰਮੇਸ਼ੁਰ ਪਿਤਾ ਉਸੇ ਆਪ ਬੇਟਾ ਦੀਜੀਏ, ਕਿਉਂਕਿ ਪਾਂਚ ਬੇਟੀਆਂ ਉਸਕੇ। ਤੋ ਇਹਨੇ ਪ੍ਰਭੂ ਨੇ ਦਰਸ਼ਨ ਦੀਏ ਯਹਾਂ ਪਰ ਜੈਸੇ ਖੜੇ ਹੋਏ ਹੈ ਔਰ ਬੇਟਾ ਦੇ ਰਹੇ ਹੈ ਔਰ ਪਰਮੇਸ਼ੁਰ ਨੇ ਬਲੈਸ ਕੀਆ ਔਰ ਇਨਕੇ ਸਾਲੇ ਕੇ ਪਾਂਚ ਬੇਟੀਓ ਕੇ ਬਾਅਦ ਮੇ ਪਰਮੇਸ਼ੁਰ ਨੇ ਬੇਟਾ ਦੀਆ ਹੈ। ਹਾਲੇਲੂਯਾ। ਤੋ ਪਾਂਚ ਬੇਟੀਓ ਕੇ ਬਾਅਦ ਪਰਮੇਸ਼ੁਰ ਨੇ ਬੇਟਾ ਦੀਆ, ਇਸ ਲਈ ਪਰਮੇਸ਼ੁਰ ਕਾ ਧੰਨਵਾਦ ਕਰਤੇ ਹੈ, ਧੰਨਵਾਦ ਕਰਤੇ ਹੈ, ਅਤਿ ਮਹਾਨ ਪਰਮੇਸ਼ੁਰ ਕਾ ਧੰਨਵਾਦ ਕਰਤੇ ਹੈ।